ਪਟਿਆਲਾ ਤੇ ਆਸ-ਪਾਸ ਦੇ ਲੋਕਾਂ ਨੂੰ ਦੇਸ਼ ਭਰ ਦੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਦੀ ਇੱਕੋ ਮੰਚ ਤੇ ਉਪਲਬਧ ਕਰਾਉਣ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਸੱਭਿਆਚਾਰ ਤੋਂ ਵਾਕਫ ਕਰਵਾਉਣ ਲਈ ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਲਗਾਇਆ ਗਿਆ ਕ੍ਰਾਫਟ ਮੇਲਾ 2019। ਇਸ ਮੇਲੇ ਵਿੱਚ ਸਜੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਦੀਆਂ ਸਟਾਲਾਂ ਤੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਖੂਬ ਖਰੀਦ ਫਰੋਖਤ ਕੀਤੀ। ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਪੇਸ਼ ਕੀਤੀ ਗਈ ਰੰਗਾਰੰਗ ਪੇਸ਼ਕਾਰੀ ਦੌਰਾਨ ਅਸਾਮ, ਮੱਧ ਪ੍ਰਦੇਸ਼ ਅਤੇ ਗੁਜਰਾਤ ਰਾਜਾਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ ਆਪਣੀਆਂ ਵਣਗੀਆਂ ਪੇਸ਼ ਕਰਕੇ ਖੂਬ ਧਮਾਲਾਂ ਪਾਈਆਂ। ਪਟਿਆਲਾ ਸ਼ਹਿਰ ਨਗੀਨਾ, ਪ੍ਰਾਹੁਣੇ ਆਉਣ ਇੱਕ ਦਿਨ ਦੇ ਲਈ ਤੇ ਰਹਿਣ ਸਵਾ ਮਹੀਨਾ। ਜੀ ਹਾਂ, ਸ਼ਾਹੀ ਸ਼ਹਿਰ ਪਟਿਆਲਾ ਵਿਰਾਸਤੀ ਇਮਾਰਤਾਂ ਤੇ ਵਿਰਾਸਤ ਦੇ ਨਾਲ ਜਾਣਿਆ ਜਾਂਦਾ ਹੈ। ਤੁਹਾਨੂੰ ਦੱਸਦੀ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਮੇਲਾ ਲਾਇਆ ਗਿਆ ਹੈ, ਤਾਂ ਕਿ ਜੋ ਪਟਿਆਲਵੀ ਨੇ, ਜੋ ਪੰਜਾਬੀ ਨੇ ਆਪਣੇ ਕਲਚਰ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਜੁੜ ਸਕਣ। ਇਸ ਵੇਲੇ ਅਸੀਂ ਖੜ੍ਹੇ ਹਾਂ ਪਟਿਆਲੇ ਦੇ ਸ਼ੀਸ਼ ਮਹਿਲ ਵਿਖੇ, ਜਿੱਥੇ ਤੁਹਾਨੂੰ ਦੱਸ ਦਈਏ ਵੱਖ-ਵੱਖ ਜ਼ਿਲ੍ਹੇ ਤੋਂ ਲੋਕ ਆਏ ਨੇ ਅਤੇ ਉਹਨਾਂ ਵੱਲੋਂ ਸਟੋਲ ਲਾਏ ਗਏ ਨੇ ਅਤੇ ਉਹ ਆਪਣੇ ਕਲਾ ਦੇ ਨਾਲ ਜਿਹੜੇ ਲੋਕਾਂ ਦਾ ਦਿਲ ਜਿੱਤ ਰਹੇ ਨੇ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ੀਸ਼ ਮਹਿਲ ਦੇ ਵਿੱਚ। ਬੜੀ ਅੱਛੀ ਇਹਨਾਂ ਨੇ ਰਵਾਇਤ ਸ਼ੁਰੂ ਕੀਤੀ ਹੈ ਜਿਹੜਾ ਅਸਲ ਮੇਲਾ ਲੱਗਦਾ। ਇਹਦੇ ਨਾਲ ਆਪਣਾ ਕਲਚਰ ਦਾ ਪਤਾ ਲੱਗਦਾ ਹੈ, ਬਾਕੀ ਸਟੇਟਾਂ ਦੇ ਕਲਚਰ ਦਾ ਵੀ ਪਤਾ ਲੱਗਦਾ ਅਤੇ ਬਹੁਤ ਹੀ ਆਨੰਦ ਮਾਣਿਆ ਜਾ ਰਿਹਾ, ਬਹੁਤ ਅੱਛਾ ਫੀਲ ਹੋ ਰਿਹਾ ਇੱਥੇ ਆ ਕੇ। ਬਿਲਕੁਲ ਬਿਲਕੁਲ, ਇਹ ਤਾਂ ਹਰ ਸਾਲ ਦੇ ਵਿੱਚ ਮੈਂ ਦੋ ਵਾਰੀ ਲੱਗਣਾ ਚਾਹੀਦਾ ਜੀ, ਇਹ ਹੁਣ ਸਾਲ ਦੇ ਵਿੱਚ ਕੋਈ ਲੱਗਦਾ, ਮੈਂ ਕਹਿੰਦਾ ਦੋ ਵਾਰ ਲੱਗਣੇ ਚਾਹੀਦੇ ਨੇ ਇਸ ਵਾਰੀ ਮੇਲੇ। ਬਹੁਤ ਹਰੇ ਪੂਰੇ ਦੇਸ਼ ਦਾ ਕਲਚਰ ਪਤਾ ਲੱਗ ਰਿਹਾ ਜੀ, ਹਰ ਇੱਕ ਸਟੇਟ ਦਾ ਕਲਚਰ ਪਤਾ ਲੱਗਦਾ ਵੀ ਇੱਥੇ ਵੀ ਕੀ ਕਿਹੜੀ ਸਟੇਟ 'ਚ ਕੀ ਬਣਦਾ, ਕੀ ਇੱਥੋਂ ਦੇ ਫੇਮਸ ਹੈ, ਉਹੀ ਚੀਜ਼ਾਂ ਇੱਥੇ ਖਰੀਦਣ ਨੂੰ ਮਿਲ ਰਹੀਆਂ ਨੇ। ਬਹੁਤ ਸਾਰੇ ਝੂਲੇ ਆ, ਬੱਚਿਆਂ ਦੇ ਇੰਜੋਇਮੈਂਟ ਬਹੁਤ ਜ਼ਿਆਦਾ, ਬਹੁਤ ਵਧੀਆ ਲੱਗਿਆ ਇੱਥੇ। ਹੈਰੀਟੇਜ ਫੇਅਰ ਲੱਗਦਾ ਹੀ ਰਹੇ ਹਰ ਵਾਰ, ਬੱਚਿਆਂ ਨੇ ਜ਼ਿਆਦਾ ਇੰਜੋਏ ਕਰਿਆ ਉਰੇ। ਫਲਾਵਰਸ ਜ਼ਿਆਦਾ ਦੇਖਣ ਨੂੰ ਮਿਲਦੇ ਆ ਨੀਚੇ ਆਰਟੀਫਿਸ਼ਲ, ਬਾਕੀ ਬੱਚੇ ਜੋ ਪ੍ਰਦਰਸ਼ਨੀ ਲੱਗ ਰਹੀਆਂ ਨੀਚੇ ਉਹ ਬਹੁਤ ਅੱਛੀਆਂ। ਦੇਖੋ, ਦੇਖਣ ਨੂੰ ਤਾਂ ਬਹੁਤ ਕੁਛ ਮਿਲਿਆ ਜੀ ਇੱਥੇ, ਬਹੁਤ ਅੱਛਾ ਹੈ। ਸਭ ਤੋਂ ਮੇਨ ਗੱਲ ਇਹ ਹੈ ਕਿ ਇਹ ਮੇਲਾ ਹਰ ਇੱਕ ਤਰ੍ਹਾਂ ਦਾ ਇਨਸਾਨ ਇੰਜੋਏ ਕਰ ਸਕਦਾ, ਇਸ 'ਚ ਕੋਈ ਉਹ ਨਹੀਂ ਹੈ। ਇੱਥੇ ਬਹੁਤ ਜ਼ਿਆਦਾ ਸੁਰੱਖਿਆ ਲਈ ਸਾਰੇ ਪ੍ਰਬੰਧ ਕੀਤੇ ਗਏ ਆ, ਬਹੁਤ ਅੱਛਾ ਲੱਗਿਆ, ਬਹੁਤ ਅੱਛਾ ਫੀਲ ਹੋਇਆ। ਐਸਾ ਤਾਂ ਕੁਛ ਜ਼ਿਆਦਾ ਡਿਫਰੈਂਟ ਨਹੀਂ ਲੱਗਿਆ, ਚਲੋ ਫਿਰ ਵੀ ਬਹੁਤ ਅੱਛਾ ਹੈ। ਉਰੇ ਹੈਰੀਟੇਜ ਦੇਖਣਾ ਬਹੁਤ ਚੰਗਾ ਲੱਗਿਆ ਸਾਨੂੰ ਆ ਕੇ, ਬਹੁਤ ਵਧੀਆ ਮੇਲਾ ਇਹ, ਹਰ ਇੱਕ ਚੀਜ਼ ਬਾਹਰਲੀ ਕਲਾ ਹੋਈ ਹੈ ਇੱਥੇ, ਜਿਹੜੀ ਕਲਾ ਤੁਸੀਂ ਦੇਖਣਾ ਚਾਹੁੰਦੇ ਹੋ ਹਰ ਇੱਕ ਪ੍ਰਕਾਰ ਦੀ, ਹਰ ਇੱਕ ਥਾਂ ਤੋਂ ਤੁਹਾਨੂੰ ਚੀਜ਼ ਦੇਖਣ ਨੂੰ ਮਿਲੇਗੀ ਜੀ। ਜਿਵੇਂ ਕਿ ਤੁਸੀਂ ਦੇਖੀ ਬਾਜ਼ੀਗਰਾਂ ਵੱਲੋਂ ਜਿਹੜੀ ਬਾਜ਼ੀ ਲਾਈ ਗਈ ਹੈ, ਹਾਲਾਂਕਿ ਲੋਕਾਂ ਨੂੰ ਇਹ ਬਹੁਤ ਖੁਸ਼ੀ ਮਿਲਦੀ ਹੈ, ਲੋਕ ਦੇਖ ਕੇ ਇਹਦਾ ਮਜ਼ਾ ਲੈਂਦੇ ਨੇ, ਪਰ ਕਿਤੇ ਨਾ ਕਿਤੇ ਇਹ ਨੌਜਵਾਨ ਜਿਹੜੇ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਹੋ ਜਿਹੇ ਕਰਤੱਵ ਕਰਦੇ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਭਾਅ ਜੀ ਤੁਹਾਡਾ? ਬਲਵਿੰਦਰ ਸਿੰਘ ਬਾਜ਼ੀਗਰ। ਮੇਰਾ ਨਾਮ ਬਲਵਿੰਦਰ ਸਿੰਘ। ਹਾਂ ਬਲਵਿੰਦਰ ਜੀ, ਜਿਵੇਂ ਤੁਸੀਂ ਇਹ ਕਰਤੱਵ ਕਰਦੇ ਹੋ, ਹਾਲਾਂਕਿ ਲੋਕਾਂ ਨੂੰ ਬਹੁਤ ਸੋਹਣੇ ਲੱਗਦੇ ਨੇ, ਕਿਤੇ ਨਾ ਕਿਤੇ ਤੁਹਾਡੀ ਜਿਹੜੀ ਜਾਨ ਹੈ ਉਹ ਵੀ ਜੋਖਮ 'ਚ ਹੁੰਦੀ ਆ? ਬਿਲਕੁਲ ਜੀ, ਆਹ ਹੁਣ ਜਿਹੜੀਆਂ ਮੰਜੇ ਪੌੜੀ ਵਾਲੀਆਂ ਦਿਖਾਈਆਂ ਛਾਲਾਂ, ਕਈ ਵਾਰੀ ਫੱਟੇ 'ਤੇ ਪੈਰ ਚੜ੍ਹ ਗਿਆ ਫਿਰ ਤਾਂ ਪਾਰ, ਅਤੇ ਜੇ ਫੱਟੇ ਤੋਂ ਮਾੜਾ ਮੋਟਾ ਇੱਧਰ ਉੱਧਰ ਪੈਰ ਹੋ ਗਿਆ, ਮੰਜੇ 'ਚ ਵੱਜੀ ਦਾ ਸੱਟਾਂ ਪੇੜ ਬਹੁਤ ਲੱਗ ਜਾਂਦੀਆਂ ਆ, ਕਈ ਵਾਰੀ 6-6 ਮਹੀਨੇ ਘਰ ਵੀ ਬੈਠੇ ਰਹੀਦਾ ਆ।
ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਜਾਨ ਜੋਖਮ 'ਚ ਹੁੰਦੀ ਹੈ, ਇਹ ਜਿਹੜੇ ਪੁਰਾਣਾ ਕਲਚਰ ਹੈ ਇਹ ਦਿਖਾ ਰਹੇ ਹੋ ਤੁਸੀਂ, ਹੈ ਨਾ, ਆਪਣਾ ਪੁਰਾਣਾ ਸੱਭਿਆਚਾਰ ਹੈ, ਪੁਰਾਣੇ ਆਪਣੇ ਖੇਡ ਹੈ, ਲੱਗਦਾ ਨਹੀਂ ਕਿਤੇ ਨਾ ਕਿਤੇ ਵਿਸਰ ਰਹੇ ਨੇ ਹੁਣ? ਅੱਜ ਕੱਲ੍ਹ ਇਹ ਦੇਖਣ ਨੂੰ ਆਮ ਨਹੀਂ ਮਿਲਦੇ। ਦੇਖੋ ਜੀ, ਹੁਣ ਕਲਯੁੱਗ ਦਾ ਜ਼ਮਾਨਾ ਆ ਗਿਆ, ਹੁਣ ਦਿਨੋਂ ਦਿਨ ਜਿਹੜੇ ਧਾਰਮਿਕ ਕੰਮ ਸੀ, ਕਬੱਡੀ ਖੇਡਣਾ, ਬਾਜ਼ੀਆਂ ਪਾਉਣਾ ਅਤੇ ਇਹੋ ਜਿਹੇ ਪੁਰਾਣੇ ਰੀਤੀ ਰਿਵਾਜ਼ ਸੀਗੇ, ਉਹ ਹੁਣ ਖਤਮ ਹੁੰਦੇ ਜਾ ਰਹੇ ਆ। ਅਤੇ ਹੁਣ ਗਾ ਨਵਾਂ, ਤੁਹਾਨੂੰ ਪਤਾ, ਪੋਰਸ਼ਨ ਜਿਹੋ ਜਿਹਾ ਚੱਲੀ ਜਾਂਦਾ, ਤਾਂ ਉਹਨਾਂ ਬਾਰੇ ਤੁਸੀਂ ਖੁਦ ਜਾਣਦੇ ਹਾਂ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੀ ਤੁਸੀਂ ਬਾਜ਼ੀ ਮਾਰਦੇ ਹੋ ਜਾਂ ਕੁਛ ਹੈ, ਇਹ ਕਲਚਰ ਖਤਮ ਹੁੰਦਾ ਜਾ ਰਿਹਾ, ਇਹਨੂੰ ਬਚਾਉਣ ਦੇ ਲਈ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਅੱਗੇ, ਕਿਵੇਂ ਬਚਾਇਆ ਜਾ ਸਕਦਾ ਇਸ ਨੂੰ? ਇਹ ਆ ਵੀ ਸਾਨੂੰ ਥੋੜ੍ਹਾ ਰੁਜ਼ਗਾਰ ਦਿੱਤਾ ਜਾਵੇ, ਗਾਹਾਂ ਅਸੀਂ ਬੱਚਿਆਂ ਨੂੰ ਸਿਖਾ ਸਕੀਏ। ਹੁਣ ਵੀ ਬੱਚੇ ਇਸੇ ਲਾਈਨ 'ਚ ਤਾਂ ਹੀ ਆਉਣਗੇ ਜੇ ਕੁਛ ਅਸੀਂ ਉਹਨਾਂ ਦੀ ਪਰਵਰਿਸ਼ ਕਰਾਂਗੇ ਵਧੀਆ ਢੰਗ ਨਾਲ। ਖੁਰਾਕ ਵੀ ਚਾਹੀਦੀ ਉਹਨਾਂ ਨੂੰ, ਪੜ੍ਹਾਈ ਲਿਖਾਈ ਵਧੀਆ ਹੋਵੇ ਉਹਨਾਂ ਦੀ, ਅਤੇ ਇਸ ਕੰਮ 'ਚ ਆ ਸਕਦੇ ਆ ਬੱਚੇ ਸਾਡੇ, ਪਰ ਸਾਡੇ ਕੋਲ ਰੁਜ਼ਗਾਰ ਹੈ ਨਹੀਂ ਜੀ। ਆਹੀ ਆ ਪਿੰਡਾਂ ਵਿੱਚ ਬਾਜੀ ਬੂਜੀ ਪੈਂਦੀ ਆ, ਜਾਂ ਕਿਤੇ ਇੱਦਾਂ ਪ੍ਰੋਗਰਾਮ ਆ ਜਾਂਦਾ ਮੇਲੇ ਦਾ, ਉਹ ਲਾਈਦਾ। ਚਲੋ ਹੁਣ ਤੁਸੀਂ ਪ੍ਰੋਗਰਾਮ 'ਚ ਆਏ ਹੋ, ਹੈ ਨਾ, ਜਦੋਂ ਇਹ ਪ੍ਰੋਗਰਾਮ ਨਹੀਂ ਹੁੰਦੇ ਫਿਰ ਕੀ ਕੰਮ ਕਰਦੇ ਹੋ? ਫਿਰ ਅਸੀਂ ਜਦੋਂ ਪ੍ਰੋਗਰਾਮ ਹੁੰਦਾ ਪਿੰਡਾਂ ਵਿੱਚ ਚੱਲ ਜਾਈਦਾ, ਬਾਜੀ ਬੂਜੀ ਦਾ ਪ੍ਰੋਗਰਾਮ ਕਦੇ ਲੱਗਦਾ, ਨਹੀਂ ਤਾਂ ਫਿਰ ਘਰੇ ਦਿਹਾੜੀ ਦੂੜੀ ਕਰਦੇ ਹਾਂ। ਅਸੀਂ ਗੱਲਬਾਤ ਕੀਤੀ ਇਹਨਾਂ ਬਾਜੀਗਰ ਵੀਰਾਂ ਦੇ ਨਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਇਹਨਾਂ ਦੇ ਜਿਹੜੇ ਕਰਤੱਵ ਨੇ ਲੋਕਾਂ ਨੂੰ ਚੰਗੇ ਲੱਗਦੇ ਨੇ, ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਹ ਕਰਤੱਵ ਵੀ ਦਿਖਾਉਂਦੇ ਨੇ, ਪਰ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਕਲਚਰ ਹੈ ਉਹ ਖਤਮ ਹੁੰਦਾ ਜਾ ਰਿਹਾ, ਅਤੇ ਜਿਹੜੀ ਸਰਕਾਰ ਹੈ ਉਹ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਇਹ ਮੰਗ ਕਰ ਰਹੇ ਨੇ ਕਿ ਜਿਹੜੀ ਸਰਕਾਰ ਹੈ ਇਹਨਾਂ ਵੱਲ ਧਿਆਨ ਦੇਵੇ, ਤਾਂ ਕਿ ਜਿਹੜਾ ਇਹਨਾਂ ਦਾ ਕਲਚਰ ਹੈ ਪੁਰਾਣਾ ਉਸਨੂੰ ਬਚਾਇਆ ਜਾ ਸਕੇ। ਅਮਨਦੀਪ ਸਿੰਘ, ਅਜੀਤ ਵੈਬ ਟੀ ਵੀ, ਪਟਿਆਲਾ।